ਇਹ ਮਹੀਨਾ ਹੀ ਹੋ ਗਿਆ ਇਹਨਾਂ ਨੂੰ ਵੇਖਦੇ ਹਾਂ, ਕਦੀ ਇੰਜੈਕਸ਼ਨ ਲਾ ਕੇ, ਕਦੀ ਪਿੱਛੇ ਝਾੜੀਆਂ 'ਚ ਬੈਠਦੇ ਇੱਥੇ, ਕਦੀ ਗਲੀਆਂ 'ਚ ਟਹਿਲਦੇ ਆ, ਕਦੀ ਕਿਤੇ। ਅੱਜ ਵੀ ਸਵੇਰੇ ਮੈਂ 10 ਵਜੇ ਆਪਣੀ ਦੁਕਾਨ 'ਤੇ ਬੈਠਾ ਸਾਹਮਣੇ ਆਇਆ ਵਾ, 10 ਕੁ ਵਜੇ ਦੇ ਕਰੀਬ ਹੀ ਆਇਆ ਉੱਧਰੋਂ ਕਲੋਨੀ 'ਚੋਂ, ਇੱਥੇ ਅੱਡੇ 'ਚ ਆ ਕੇ ਅਤੇ ਇੱਥੇ ਬੈਠ ਗਿਆ ਵਾ। ਬੈਠਾ ਹੀ ਬਸ 2 ਮਿੰਟ ਬਾਅਦ ਮੈਂ ਉੱਥੋਂ ਦੁਕਾਨ ਤੋਂ ਵੇਖਿਆ ਸਾਹਮਣੇ ਕਿ ਨਹੀਂ ਹਿੱਲ ਰਿਹਾ। ਮੈਂ ਲਾਗੇ ਆ ਕੇ ਵੇਖਿਆ ਤਾਂ ਬਿਲਕੁਲ ਹੀ ਡੈਡ ਹੋ ਗਿਆ। ਅਸੀਂ ਤਾਂ ਸਗੋਂ ਆ ਕੇ ਛਾਤੀ ਛੂਤੀ ਪੰਪ ਕੀਤਾ ਕਿ ਉੱਠ ਜੂਗਾ, ਪਰ ਨਹੀਂ। ਮੋਰ ਕਿਵੇਂ ਨਸ਼ੇ ਨਾ ਹੋਈ? ਨਸ਼ੇ ਨਾ ਹੀ ਹੋਊਗੀ, ਜਾ ਹੀ ਰਿਹਾ ਸਰ, ਲਾਗੇ ਸ਼ੀਸ਼ੀ ਪਈ ਹੋਈ ਆ, ਤੁਸੀਂ ਵੇਖ ਸਕਦੇ ਇੱਥੇ ਸ਼ੀਸ਼ੀ ਪਈ ਹੋਈ ਸੀ ਇੱਕ। ਅਤੇ ਉਹ ਕੀ ਮੰਗ ਕਰਦੇ ਸਰਕਾਰ ਤੋਂ? ਮੰਗ ਤਾਂ ਸਰ ਅਸੀਂ ਸ਼ੁਰੂ ਤੋਂ ਹੀ ਬੜੇ ਸਾਲ ਹੀ ਹੋ ਗਏ ਆ ਮੰਗ, ਅਸੀਂ ਤਾਂ ਕਹਿੰਦੇ ਹਾਂ ਕਿ ਇਹ ਕੋਹੜ ਨੂੰ ਖਤਮ ਕਰਨਾ ਚਾਹੀਦਾ ਪੰਜਾਬ 'ਚੋਂ, ਇਹ ਜਾਗਣਾ ਚਾਹੀਦਾ, ਇਹ ਲੋਕਾਂ ਨੂੰ ਵੀ ਨਾਲ ਜਾਗਣਾ, ਜਾਗਰਿਤ ਹੋਣਾ ਚਾਹੀਦਾ ਵਾ ਕਿ ਇਸ ਕੋਹੜ ਨੂੰ ਕੱਢੀਏ, ਹੱਲਾ ਮਾਰੀਏ। ਜੇ ਆਪਾਂ ਕਹੀਏ ਕਿ ਸਰਕਾਰਾਂ ਹੀ ਇਹ ਕੰਮ ਕਰਨਾ, ਨਹੀਂ, ਇਹ ਆਪਾਂ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਸਾਰਿਆਂ ਦੀ ਨਾਲ, ਵੀ ਇਕੱਠੇ ਹੋ ਗਏ ਹੱਲਾ ਮਾਰਨਾ ਚਾਹੀਦਾ ਅਤੇ ਇਸ ਕੋਹੜ ਨੂੰ ਸਮਾਜ 'ਚੋਂ ਕੱਢਣਾ ਚਾਹੀਦਾ। ਇੱਥੇ ਰੋਜ਼ਾਨਾ ਕਿੰਨੇ ਕੁ ਨੌਜਵਾਨ ਨਸ਼ਾ ਕਰਦੇ? ਉਹ ਸਰ ਜੀ, ਅਸੀਂ ਤਾਂ ਰੋਜ਼ ਹੀ ਵੇਖਦੇ, 10-15 ਜਣੇ ਤਾਂ ਹੈਗੇ ਹੀ ਆ। ਹੁਣ ਵੀ ਆ ਇੱਥੇ ਬੋਡੀ ਪਈ ਹੋਈ ਆ ਬੰਦੇ ਦੀ, ਇਹਦੀ ਬੋਡੀ ਨੂੰ ਵੇਖ ਕੇ ਵੀ 2 ਜਣੇ ਹੋਰ ਇੱਧਰ ਮੁੰਡੇ ਇੰਜੈਕਸ਼ਨ ਲਾਉਣ ਚੱਲੇ ਸੀ, ਜਿਨ੍ਹਾਂ ਨੂੰ ਅਸੀਂ ਹੁਣ ਭਜਾਇਆ ਇੱਥੋਂ, ਵੀ ਆਹ ਇਲਜ਼ਾਮ ਤੁਹਾਡੇ ਸਾਹਮਣੇ ਪਿਆ ਜੀ, ਅਤੇ ਮੇਰੇ ਵੀਰ ਹੱਥ ਜੋੜਦੇ ਵੀ ਇੱਥੋਂ ਨਿਕਲ ਜਾਓ, ਤੁਹਾਡਾ ਵੀ ਨਾ ਕਰਦੇ। ਪੁਲਿਸ ਨਹੀਂ ਕਰਦੀ? ਪੁਲਿਸ ਸਰ ਕੀ ਕਰੂਗੀ ਇਹਨਾਂ ਨੂੰ? ਪੁਲਿਸ ਕਿੱਥੇ ਕਿੱਥੇ ਆ ਕੇ ਲੱਭੇ ਇਹਨਾਂ ਨੂੰ, ਦੱਸੋ। ਨਹੀਂ, ਜਿਹੜੇ ਟਿਕਾਣੇ ਜਿਸ ਤਰ੍ਹਾਂ ਤੁਸੀਂ ਘੋਖ ਕਰਦੇ ਰੋਜ਼ ਵੇਖਦੇ ਸਰ, ਇਹਨਾਂ ਦੇ ਟਿਕਾਣੇ ਰੋਜ਼ ਹੀ ਬਦਲੇ ਹੁੰਦੇ, ਕਦੀ ਕਿਤੇ ਇੱਧਰ ਬਹਿ ਕੇ, ਕਦੀ ਕਿਤੇ, ਕਦੀ ਕਿਤੇ ਬਹਿ ਕੇ ਲਾਉਂਦੇ, ਟਿਕਾਣੇ ਇਹਨਾਂ ਦੇ ਕਿੱਥੇ ਲੱਭਣੇ। ਇਹ ਮੈਂ ਆਇਆ ਜੀ ਹੁਣ ਮੌਕੇ 'ਤੇ, ਅਤੇ ਇਹਨਾਂ ਦਾ ਪਰਿਵਾਰ ਵੀ ਆਇਆ ਪਿੰਡੋਂ, ਇਹ ਕਹਿੰਦੇ ਵੀ ਇਹ ਆਇਆ ਸਵੇਰੇ ਇੱਥੇ ਪੱਟੀ ਸੌਦਾ ਪੱਤਾ ਲੈਣ, ਅਤੇ ਇਹਨਾਂ ਨੂੰ ਕੋਈ ਫੋਨ ਗਿਆ ਵੀ ਉਹ ਡੈਡ ਬੋਡੀ ਪਈ ਉਹਦੀ, ਇਹ ਹੁਣ ਤਫਤੀਸ਼ ਕਰ ਰਹੇ ਹਾਂ, ਵੇਖਦੇ ਹਾਂ ਵੀ ਕਿਸ ਹਾਲਾਤਾਂ 'ਚ ਇਹਦੀ ਮੌਤ ਹੋਈ ਹੈ। ਪਤਾ ਲੱਗਾ ਵੀ ਨਸ਼ਾ ਕੋਈ ਇੱਥੇ ਹੁਣ ਕੀਤਾ ਕੋਈ ਲੋਕਾਂ ਨੇ ਦੱਸਿਆ ਜਿਹੜਾ? ਪਤਾ ਨਹੀਂ ਜੀ, ਇਹ ਤਾਂ ਆਪਾਂ ਮੈਡੀਕਲ ਕਰਾਵਾਂਗੇ ਤਾਂ ਪੋਸਟਮਾਰਟਮ ਕਰਾਵਾਂਗੇ ਫਿਰ ਪਤਾ ਲੱਗੂਗਾ, ਇਹ ਤਾਂ ਅੰਦਾਜ਼ੇ ਹੀ ਲਾ ਰਹੇ ਹਨ। ਅਤੇ ਜੇਕਰ ਨਸ਼ੇ ਨਾਲ ਮੌਤ ਹੋਈ ਤਾਂ ਕੀ ਕਾਰਵਾਈ ਅੰਮ੍ਰਿਤ ਉੱਤੇ ਲੈ ਲਓ? ਇਹ ਤਾਂ ਫਿਰ ਅਗਲੀ ਕਾਰਵਾਈ ਅਫਸਰਾਂ ਦੇ ਧਿਆਨ 'ਚ ਲਿਆ ਕੇ ਕੀਤੀ ਜਾਊਗੀ। ਹੋਰ ਕੀ ਡੈਡ ਬੋਡੀ ਦਾ ਪੋਸਟਮਾਰਟਮ? ਹੁਣ ਅਸੀਂ 174 ਦੀ ਕਾਰਵਾਈ ਵਾਸਤੇ ਲੈ ਕੇ ਜਾ ਰਹੇ ਹਾਂ, ਜੋ ਵੀ ਅੱਗੇ ਤਫਤੀਸ਼ ਆਊਗਾ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ।